ਸਰਕਾਰ ਰਹੀ ਹੈ ਕਿਤੇ ਨਾ ਕਿਤੇ ਤੁਸੀਂ ਸੋਚਦੇ ਹੋ ਵੀ ਅਣਗੋਲੇ ਰਹੇ ਨੇ ਇਸ ਤਰ੍ਹਾਂ ਦੇ ਲੋਕ ਜਾਂ ਆਮ ਲੋਕ ਪਾਕਿਸਤਾਨ ਦੇ ਵਿੱਚ ਜਿਹੜੀ ਤੁਸੀਂ ਹੁਣ ਗੱਲ ਕਰ ਰਹੇ ਹੋ ਦੇਖੋ ਹਰ ਟਾਈਮ ਆਪਾਂ ਨੈਗੇਟਿਵਿਟੀ ਨਾਲ ਨਾ ਗੱਲ ਕਰਿਆ ਕਰੀ 70 ਸਾਲਾਂ ਤੋਂ ਲੈ ਕੇ 5 ਸਾਲਾਂ ਤੋਂ ਲੈ ਕੇ ਬਹੁਤ ਸਰਕਾਰਾਂ ਰਹੀਆਂ ਅੱਜ ਜਿੱਥੋਂ ਸ਼ੁਰੂਆਤ ਕਰ ਰਿਹਾ ਉਹਦੀ ਗੱਲ ਕਰੀ ਅੱਗੇ ਵੀ ਇਹੀ ਸਭ ਕੁਝ ਕਰਨਾ ਪਿੱਛੇ ਜੋ ਹੋ ਗਿਆ ਹੋਆ ਗਿਆ ਉਹਦੀ ਬਾਅਦ 'ਚ ਗੱਲ ਕਰੀਏ ਲੇਕਿਨ ਅੱਜ ਅਗਰ ਇੱਥੇ ਖੜ ਕੇ ਗੱਲ ਕਰਦੇ ਹਾਂ ਤਾਂ ਫਿਰ ਇਹਦਾ ਮਤਲਬ ਅਗਲੇ 5 ਸਾਲਾਂ ਦੀ ਸੋਚੀ ਅਗਲੇ 10 ਸਾਲਾਂ ਦੀ ਸੋਚੀ ਅਗਲੇ 15 ਸਾਲਾਂ ਦੀ ਸੋਚੀ ਕਿਤੇ ਤਾਂ ਨਹੀਂ ਪੱਥਰ ਰੱਖੇ ਜਾਣਗੇ ਕਿ ਆਪਾਂ ਇਹ ਸੋਚੀਏ ਵੀ ਪਹਿਲਾਂ ਨਹੀਂ ਹੋਇਆ ਤਾਂ ਅੱਜ ਵੀ ਨਹੀਂ ਹੋਊਗਾ ਸੋ ਇਹ ਇਸ ਚੀਜ਼ ਨੂੰ ਬਦਲਣਾ ਪਊਗਾ ਔਰ ਮੈਂ ਮੀਡੀਆ ਨੂੰ ਵੀ ਕਹੂੰਗਾ ਮੈਂ ਤੁਹਾਨੂੰ ਵੀ ਸਾਰਿਆਂ ਨੂੰ ਕਹੂੰਗਾ ਇਹਨੂੰ ਕੋਈ ਇਸ ਤਰੀਕੇ ਨਾਲ ਨਾ ਵੇਖਿਆ ਜਾਵੇ ਕਿਉਂਕਿ ਅੱਜ ਇੱਕ ਦਿਨ ਹੁੰਦਾ ਜਦੋਂ ਮੀਡੀਆ ਵੀ ਆਉਂਦੀ ਆ ਜਦੋਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਹੁੰਦੀ ਆ ਲੋਕਾਂ ਨੂੰ ਔਰ ਅੱਜ ਦਾ ਮੈਸੇਜ ਜਾਂਦਾ ਵਾ ਲੋਕਾਂ ਦੇ ਵਿੱਚ ਤਾਂ ਕਰਕੇ ਮੈਂ ਇਹਨਾਂ ਲੋਕਾਂ ਨੂੰ ਇਹਨਾਂ ਭਰਾਵਾਂ ਦਾ ਇਹਨਾਂ ਦਾ ਭੈਣਾਂ ਦਾ ਇਹਨਾਂ ਮਾਵਾਂ ਦਾ ਇਹਨਾਂ ਬਜ਼ੁਰਗਾਂ ਦਾ ਧੰਨਵਾਦੀ ਔਰ ਮੈਂ ਮੈਸੇਜ ਦੇਣਾ ਚਾਹੁੰਦਾ ਮੈਂ ਆਪ ਕਹਿ ਰਿਹਾ ਵੀ ਮੈਂ ਮੈਸੇਜ ਦੇਣਾ ਚਾਹੁੰਦਾ ਅਸੀਂ ਕੁਝ ਵੀ ਕਰਦੇ ਹਾਂ ਹਰ ਚੀਜ਼ ਦਾ ਇੱਕ ਮੈਸੇਜ ਹੁੰਦਾ ਵਾ ਹਰ ਚੀਜ਼ ਦੀ ਇੱਕ ਲੋਕਾਂ 'ਚ ਵਿਸ਼ਵਾਸ ਪੈਦਾ ਕਰਨ ਦੀ ਗੱਲ ਹੁੰਦੀ ਆ ਤੁਹਾਨੂੰ ਵਿਸ਼ਵਾਸ ਪੈਦਾ ਕਰਨਾ ਪਊਗਾ ਅਲਟੀਮੇਟਲੀ ਲੋਕਾਂ ਦਾ ਵਿਸ਼ਵਾਸ ਉੱਠਿਆ ਜਾ ਰਿਹਾ ਸਰਕਾਰਾਂ ਤੋਂ ਲੋਕਾਂ ਨੂੰ ਇਹ ਲੱਗਦਾ ਵੀ ਨਹੀਂ ਸ਼ਾਇਦ ਸਰਕਾਰ 'ਚ ਆ ਕੇ ਵੀ ਵੋਟਾਂ ਪਾ ਕੇ ਪਤਾ ਨਹੀਂ ਕੱਲ੍ਹ ਨੂੰ ਸੁਣਾਂਗੇ ਕਿ ਨਹੀਂ ਸੁਣਾਂਗੇ ਸੋ ਮੇਰੀ ਇਹ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਵੀ ਇਹਨੂੰ ਇਸ ਮੈਸੇਜ ਨੂੰ ਆਪਾਂ ਲੋਕਾਂ ਤੱਕ ਪਹੁੰਚਾਈਏ ਵੀ ਉਹ ਭਾਵੇਂ ਮੈਂ ਵਾਂ ਇੱਕ ਜਿਹੜਾ ਵੀ ਵਿਧਾਨ ਸਭਾ ਰੋਪੜ ਤੋਂ ਜਾਵੇ ਜਿਹੜਾ ਵੀ ਪੰਜਾਬ ਦੇ ਵਿੱਚ ਜਾਵੇ ਇਹਨਾਂ ਲੋਕਾਂ ਦੀ ਆਵਾਜ਼ ਚੱਕੇ ਮੈਂ ਸੰਤੁਸ਼ਟ ਹੋਊਂਗਾ ਇਹ ਨਹੀਂ ਆ ਵੀ ਮੈਂ ਹੀ ਚੱਕਣੀ ਆਵਾਜ਼ ਜਿਹੜਾ ਵੀ ਕੋਈ ਲੀਡਰ ਆ ਜਿਹੜਾ ਵੀ ਕੋਈ ਪਾਰਟੀ ਆ ਇਹਨਾਂ ਲੋਕਾਂ ਦੀ ਆਵਾਜ਼ ਜ਼ਰੂਰ ਚੱਕੀ ਜਾਣੀ ਚਾਹੀਦੀ ਆ ਤਾਂ ਹੀ ਜਾ ਕੇ ਆਪਾਂ ਸਮਾਜ ਦੀ ਦੇਖੋ ਲੀਡਰਾਂ ਨੂੰ ਆਪਾਂ ਸੋਚੀਦਾ ਵੀ ਆਪਣਾ 4 ਭੈਣ ਭਰਾ ਖੁਸ਼ ਕਰ ਲਓ 4 ਯਾਰ ਦੋਸਤ ਖੁਸ਼ ਕਰ ਲਓ ਉਹ ਮਕਸਦ ਨਹੀਂ ਆ ਰਾਜਨੀਤੀ ਦਾ ਰਾਜਨੀਤੀ ਦਾ ਮਕਸਦ ਆ ਇਹੋ ਜਿਹੇ ਲੋਕਾਂ ਦੀ ਆਵਾਜ਼ ਬਣਨਾ ਰਾਜਨੀਤੀ ਦਾ ਮਕਸਦ ਆ ਆਪਣੇ ਪਰਿਵਾਰ ਨੂੰ ਮਗਰ ਰੱਖ ਕੇ ਇਹੋ ਜਿਹੇ ਲੋਕਾਂ ਨੂੰ ਅੱਗੇ ਵਧਾਉਣਾ ਔਰ ਪਰਿਵਾਰ ਦੇ ਰਾਹੀਂ ਪਰਿਵਾਰ ਨੂੰ ਅੱਗੇ ਸਿਰਮੁਖ ਨਾ ਰੱਖਣਾ ਇਹ ਮੇਰਾ ਪਰਿਵਾਰ ਆ ਇਹ ਲੋਕਾਂ ਪ੍ਰਤੀ ਮੇਰੀ ਜ਼ਿੰਮੇਵਾਰੀ ਆ ਜੀ ਕੰਮਾਂ ਦੀ ਪ੍ਰਾਇਓਰਟੀਜ਼ ਦੀ ਤਾਂ ਲਿਸਟ ਬਹੁਤ ਲੰਬੀ ਆ ਤੁਸੀਂ ਰੋਪੜ ਤੋਂ ਸ਼ੁਰੂ ਹੋ ਕੇ ਨੂਰਪੁਰ ਬੇਦੀ ਤੋਂ ਲੈ ਕੇ ਘਨੌਲੀ ਪਰਖਾਲੀ ਤੱਕ ਜਿੱਥੇ ਮਰਜ਼ੀ ਚਲ ਜਾਓ ਕੰਮ ਹੀ ਕੰਮ ਆ ਤੁਸੀਂ ਆ ਖੋਖਿਆਂ ਤੋਂ ਸ਼ੁਰੂ ਕਰ ਲਓ ਤੁਸੀਂ ਅੱਜ ਬਾਹਰ ਐਸੋਸੀਏਸ਼ਨ ਦੇ ਪ੍ਰਧਾਨ ਆਏ ਆ ਉਹਨਾਂ ਤੋਂ ਪਤਾ ਕਰ ਲਓ ਵੀ ਇੱਥੋਂ ਦੀਆਂ 10 ਡਿਮਾਂਡਾਂ ਹੋਣਗੀਆਂ ਰੋਪੜ ਦੀਆਂ 10 ਡਿਮਾਂਡਾਂ ਹੋਣਗੀਆਂ ਪ੍ਰਾਇਓਰਟੀਜ਼ ਦੀ ਕੋਈ ਇਹ ਨਹੀਂ ਆ ਪ੍ਰਾਇਓਰਟੀਜ਼ ਕੀ ਆ ਪ੍ਰਾਇਓਰਟੀਜ਼ ਐ ਨਹੀਂ ਬਣਦੀਆਂ ਕਿ ਮੈਂ ਟੌਪ ਦੇ ਮੇਰੇ ਏਜੰਡੇ 300 ਕੰਮ ਆ ਮੈਂ 300 ਕੰਮ ਦਾ ਹੀ 5 ਈਅਰ ਪਲਾਨ ਬਣਾਉਣਾ ਚਾਹੁੰਦਾ ਵੀ ਆਹ ਕੰਮ ਇਸ ਟਾਈਮ ਦੇ ਵਿੱਚ ਟਾਈਮ ਫਰੇਮ 'ਚ ਹੋਣਾ ਚਾਹੀਦਾ 5 ਸਾਲਾਂ ਦੇ ਵਿੱਚ ਭਾਵੇਂ ਅਖੀਰ 'ਚ ਹੋਣ ਭਾਵੇਂ ਪਹਿਲਾਂ ਹੋਣ ਇਹ ਕੰਮ ਜਿਹੜੇ ਆ ਸ਼ੁਰੂਆਤ ਕਿਹੜੇ ਕੰਮਾਂ ਤੋਂ ਹੋਈ ਕਿਉਂਕਿ ਲੋਕ ਜਾਣਨਾ ਚਾਹ ਰਹੇ ਆ ਸ਼ੁਰੂਆਤ ਮੈਨੂੰ ਜਿਤਾ ਦਿਓ ਪਹਿਲਾਂ ਫਿਰ ਮੈਂ ਤੁਹਾਨੂੰ ਸ਼ੁਰੂਆਤ ਕਰ ਦੂੰਗਾ ਜਿਤਾਉਂਗੇ ਤੇ ਪਬਲਿਕ ਕਿਉਂ ਜਿਤਾਵੇ ਤੁਹਾਨੂੰ ਤੁਸੀਂ ਉਹੀ ਤੇ ਗੱਲ ਹੈ ਨਾ ਉਹ ਤਾਂ ਇਹੀ ਤਾਂ ਮੈਂ ਦੱਸ ਰਿਹਾ ਵੀ ਪ੍ਰਾਇੋਰਟੀ ਕਿਹੜੇ ਕੰਮਾਂ ਦੀ ਹੋ ਤੁਸੀਂ ਕੰਮਾਂ ਨੂੰ ਲੈ ਕੇ ਕਹਿ ਰਹੇ ਹੋ ਮੈਂ ਕਹਿ ਰਿਹਾ ਵੀ ਹਰ ਚੀਜ਼ ਨੂੰ ਪ੍ਰਾਇਓਰਟੀਜ਼ ਤੋਂ ਲੈ ਕੇ ਛੋਟੀਆਂ ਚੀਜ਼ਾਂ ਤੋਂ ਲੈ ਕੇ ਵੱਡੀਆਂ ਮੈਂ ਇੱਕ ਪ੍ਰਾਇੋਰਟੀ ਬੋਲੂੰਗਾ ਇੱਕ ਸੈਕਸ਼ਨ ਬਾਕੀ ਕਹਿਣਗੇ ਸਾਡੀ ਪ੍ਰਾਇੋਰਟੀ ਨਹੀਂ ਆ ਸ਼ੁਰੂਆਤ ਭਾਜੀ 300 ਕੰਮਾਂ ਤੋਂ ਕਰਾਂਗੇ 300 ਕੰਮਾਂ ਦਾ ਏਜੰਡਾ DC SSP ਮੰਤਰੀਆਂ ਤੱਕ ਡਾਇਰੈਕਟਲੀ ਪਹਿਲੇ ਦਿਨ ਤੋਂ ਸਿੰਘਪੁਰ ਦੇ ਹਸਪਤਾਲ ਤੋਂ ਰੋਪੜ ਦੇ ਈਕੋ ਟੂਰਿਜ਼ਮ ਤੋਂ ਫੈਕਟਰੀਆਂ ਦੇ ਵਿੱਚ ਜਿਹੜਾ ਚੱਲ ਰਿਹਾ ਟਰੱਕਾਂ ਦੇ ਵਿੱਚ ਜਿਹੜਾ ਖਾਸ ਤੌਰ 'ਤੇ ਕਹੂੰਗਾ ਜਿਹੜੇ ਟਰੱਕ ਯੂਨੀਅਨਸ ਜਿਹੜੀਆਂ ਬਹਾਲ ਹੋ ਰਹੀਆਂ ਲੋਕਲ ਟਰੱਕਾਂ ਨੂੰ ਰੁਜ਼ਗਾਰ ਦਿਵਾਉਣ ਤੋਂ ਸਭ ਤੋਂ ਇੰਪੋਰਟੈਂਟ ਮੁੱਦਾ ਕਿਤੇ ਨਾ ਕਿਤੇ ਅੱਜ ਦੇ ਸਮੇਂ 'ਚ ਵੀ DCM ਫੈਕਟਰੀ ਬੰਦ ਹੋਈ ਲੇਕਿਨ ਰੁਜ਼ਗਾਰ ਗਿਆ ਉਹ ਚਲੋ ਵੱਖਰੇ ਕਾਰਨ ਸੀ ਲੇਕਿਨ ਜਿੱਥੇ ਫੈਕਟਰੀਆਂ ਚੱਲ ਰਹੀਆਂ ਭਾਵੇਂ ਉਹ ਸੀਮੈਂਟ ਫੈਕਟਰੀ ਹੋਵੇ ਭਾਵੇਂ ਥਰਮਲ ਪਲਾਂਟ ਹੋਵੇ ਉੱਥੇ ਲੋਕਲ ਬੰਦਿਆਂ ਨੂੰ ਰੁਜ਼ਗਾਰ ਮਿਲਣਾ ਚਾਹੀਦਾ ਸੋ ਇਹ ਇੱਕ ਬੜਾ ਜਨਰਲਾਈਜ਼ਡ ਕੁਐਸਚਨ ਆ ਕਿਹੜੇ ਕੰਮ 4 ਹੋਣਗੇ 4 ਕਿਉਂ ਤੁਸੀਂ ਕਹੋ ਕਿਹੜੇ 100 ਕੰਮ ਹੋਣਗੇ ਔਰ 100 ਕੰਮ ਹੋ ਸਕਦੇ ਆ ਵੱਖਰੇ ਵੱਖਰੇ ਡਿਪਾਰਟਮੈਂਟਸ ਆ ਵਾਟਰ ਸਪਲਾਈ ਦੇ ਨਾਲ ਪਹਿਲਾ ਕੰਮ ਫਾਈਨਾਂਸ ਨਾਲ ਵੱਖਰਾ ਕੰਮ ਆਪਣਾ ਰੂਰਲ ਡਿਵੈਲਪਮੈਂਟ ਨਾਲ ਵੱਖਰਾ ਕੰਮ ਇਰੀਗੇਸ਼ਨ ਨਾਲ ਵੱਖਰਾ ਕੰਮ ਹਰ ਡਿਪਾਰਟਮੈਂਟ ਦਾ ਕੰਮ ਪ੍ਰਾਇਓਰਟੀ 'ਤੇ ਜਿਸ ਜਾਵੇ ਜਾਵੇ ਮੰਤਰੀ ਮਿਲਦੇ ਜਾਣਗੇ ਉਵੇਂ ਕੰਮ ਕਰਾਉਂਦੇ ਜਾਵਾਂਗੇ ਠੀਕ ਹੈ ਜੀ ਪਾਰਟੀ ਵਾਲੇ ਜਾਂ ਕਈ ਹੋਰ ਇਹਨਾਂ ਦੇ IT ਸੈੱਲ ਇਸ ਚੀਜ਼ ਬਾਰੇ ਮੰਦੀ ਸ਼ਬਦਾਵਲੀ ਨਾ ਵਰਤਣ ਇਸ ਚੀਜ਼ ਬਾਰੇ ਗਲਤ ਸ਼ਬਦਾਵਲੀ ਨਾ ਵਰਤਣ ਜਿਹਨੂੰ ਕਿਸੇ ਨੂੰ ਇਹਦੇ ਵਿੱਚ ਕੋਈ ਪ੍ਰੋਬਲਮ ਲੱਗਦੀ ਆ ਉਹ ਆਪ ਦੀ ਜ਼ਿੰਦਗੀ ਦੇ ਵਿੱਚ ਇਹੋ ਜਿਹੇ ਬੰਦਿਆਂ ਦੀ ਮਦਦ ਕਰਕੇ ਫਿਰ ਆਪਣੀਆਂ ਟਿੱਪਣੀਆਂ ਕਰਨ ਮੈਂ ਅੱਜ ਸ਼ੁਰੂਆਤ ਕਰ ਰਿਹਾ ਮੈਂ ਚਾਹੁੰਦਾ ਸਾਰੀ ਪੋਲੀਟੀਕਲ ਪਾਰਟੀਜ਼ ਨੂੰ ਵੀ ਤੁਸੀਂ ਵੀ ਸਾਰੇ ਇਸ ਚੀਜ਼ ਦੀ ਆਵਾਜ਼ ਬਣੋ ਇਹਨਾਂ ਲੋਕਾਂ ਦੀ ਇਹਨਾਂ ਭੈਣ ਭਰਾਵਾਂ ਦੀ ਆਵਾਜ਼ ਬਣ ਕੇ ਅੱਗੇ ਆਓ ਤਾਂ ਕਿ ਅਸੀਂ ਇਹਨਾਂ ਵਾਸਤੇ ਕੁਝ ਕਰ ਸਕੀਏ ਮੰਦੀ ਸ਼ਬਦਾਵਲੀ ਗਲਤ ਸ਼ਬਦਾਵਲੀ ਵਰਤ ਕੇ ਇਹਨਾਂ ਦਾ ਨਿਰਾਦਰ ਨਾ ਕਰਿਓ ਮੈਂ ਵਾਰ-ਵਾਰ ਕਹਿੰਦਾ ਇਹਨਾਂ ਦਾ ਨਿਰਾਦਰ ਨਾ ਕਰਿਓ ਇਹ ਕਿਸੇ ਪੱਖੋਂ ਇਹ ਚੰਗੀ ਗੱਲ ਨਹੀਂ ਹੋਊਗੀ ਕਈ ਲੋਕ
इस बारे जिहड़े शब्दावली गलत यूज करनगे वह उन्हां दी मानसिकता और उन्हां दी सोच दर्शाणगे। सो मेरी बेनती है उन्हां सारिआं नूं, इह कोई राजनीतिक स्टंट नहीं आ, इह कोई राजनीति नहीं आ, इह साडे सारिआं दा फर्ज आ। हरेक बंदे नूं इन्हां लोकां दी आवाज़ बनना चाहिए। अंतोदया इहदा मतलब आ वी अंतले आखिरली पंक्ति वाले लोग जिन्हां तक शायद सरकारां नहीं पहुँचदियां इन्हां तक पहुँचाना साडा फर्ज आ। बहुत बहुत धन्यवाद।